ਪੰਜਾਬ ਸਰਕਾਰ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਸਮੁੱਚੀ ਕਾਂਗਰਸ ਪਾਰਟੀ ਦੇ ਨਾਲ ਨਾਲ ਉਹਨਾਂ ਦੀ ਜੀਵਨ ਸਾਥਣ ਡਾਕਟਰ ਨਵਜੋਤ ਕੌਰ ਸਿੱਧੂ ਨੇ ਅਜਿਹੇ ਗੁੱਸੇ ਭਰੇ ਲਹਿਜੇ ਦੇ ਵਿੱਚ ਪੰਚ ਮਾਰਿਆ ਕਿ ਨਵਜੋਤ ਸਿੰਘ ਸਿੱਧੂ ਤੋਂ ਬਚ ਕੇ ਰਹੋ, ਉਹ ਖੰਖਾਰ ਕਿਸਮ ਦਾ ਜਾਨਵਰ ਆ। ਇੰਨਾ ਗੁੱਸਾ ਇਸ ਕਰਕੇ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਅੱਜ ਦੇ ਦਿਹਾੜੇ ਰਿਲੀਜ਼ ਨਹੀਂ ਕੀਤਾ, ਜਦਕਿ ਹਿੰਦੁਸਤਾਨ ਦੀ ਸਰਕਾਰ ਨੇ ਦੇਸ਼ ਭਰ ਦੇ ਵਿੱਚ 15 ਅਗਸਤ ਅਤੇ 26 ਜਨਵਰੀ ਨੂੰ ਹਰ ਵਾਰ ਜਿਹੜੇ ਕੈਦੀ ਜਿਨ੍ਹਾਂ ਦਾ ਜੇਲ੍ਹਾਂ ਦੇ ਵਿੱਚ ਚੰਗਾ ਵਿਹਾਰ ਰਹਿੰਦਾ ਹੈਗਾ ਸਜ਼ਾ ਦੌਰਾਨ, ਉਹਨਾਂ ਨੂੰ ਰਿਹਾਅ ਕੀਤਾ ਜਾਂਦਾ ਹੈਗਾ। ਇਹ ਸਰਕਾਰ ਦੀਆਂ ਗਾਈਡਲਾਈਨਸ ਆ, ਲੇਕਿਨ ਇਸ ਵਾਰ ਪੰਜਾਬ ਸਰਕਾਰ ਨੇ ਨਹੀਂ ਕੀਤਾ, ਜਿਸ ਕਰਕੇ ਇਸ ਮਸਲੇ 'ਚ ਸਰਕਾਰ ਨੂੰ ਘੇਰਨ ਦੇ ਯਤਨ ਕੀਤੇ ਜਾ ਰਹੇ ਨੇ। ਬਹੁਤ ਸਾਰੇ ਲੋਕਾਂ ਨੇ ਤਿਆਰੀ ਕੀਤੀ, ਲੇਕਿਨ ਅੱਜ ਨਵਜੋਤ ਸਿੰਘ ਸਿੱਧੂ ਦੇ ਘਰ ਇੱਕ ਵੱਡੀ ਪ੍ਰੈਸ ਕਾਨਫਰੰਸ ਹੋਈ, ਜਿਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਹੋਣਾਂ ਦੇ ਨਾਲ ਅਸੀਂ ਵੀ ਗੱਲਬਾਤ ਕੀਤੀ, ਉਹਨਾਂ ਨੇ ਕੀ ਕੁਝ ਕਿਹਾ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਇੱਕ ਨੋਟੀਫਿਕੇਸ਼ਨ ਜੋ ਖਾਸ ਦਿਨ ਦੇ 26 ਜਨਵਰੀ 15 ਅਗਸਤ ਨੂੰ ਕੁਛ ਸਪੈਸ਼ਲ ਰਿਮਿਟੈਂਸ ਦਿੱਤੀ ਜਾਂਦੀ ਹੈ ਕੈਦੀਆਂ ਨੂੰ, ਪ੍ਰਿਜਨਰ ਨੂੰ, ਜਿਹੜੇ ਨਾ ਸਿਰਫ ਪੋਲੀਟੀਕਲ ਨਹੀਂ ਬਲਕਿ ਆਮ ਦੂਸਰੇ ਕੈਦੀਆਂ ਨੂੰ ਵੀ, ਜਿਹੜੇ ਤਕਰੀਬਨ 60-62% ਆਪਣੀ ਸਜ਼ਾ ਪੂਰੀ ਕਰ ਚੁੱਕੇ ਹੁੰਦੇ ਨੇ, ਉਹਨਾਂ ਨੂੰ ਅੱਜ ਦੇ ਦਿਨ ਦੇ ਉੱਤੇ ਰਿਲੀਫ ਦਿੱਤਾ ਜਾਂਦਾ, ਕੈਦ 'ਚੋਂ ਛੱਡੇ ਜਾਂਦੇ ਨੇ। ਪਰ ਅਫਸੋਸ ਹੈ ਕਿ ਅਜੇ ਤੱਕ ਵੀ ਪੰਜਾਬ ਸਰਕਾਰ ਔਰ ਸੈਂਟਰ ਦੀ ਸਰਕਾਰ ਇਹਨਾਂ 'ਤੇ ਸਿੱਧੂ ਫੋਬੀਆ ਜੇ ਉਤਰਿਆ ਨਹੀਂ ਹੈ। ਬੇਸ਼ੱਕ ਆਮ ਪਾਰਟੀ ਨੂੰ ਮਾਨਤਾ ਇੱਕ ਉਹਨਾਂ ਦਾ ਫੀਲ ਹੈ, ਸਰਕਾਰ ਤਾਂ ਉੱਪਰੋਂ ਚੱਲਦੀ ਹੈ, ਕੇਜਰੀਵਾਲ ਸਾਹਿਬ ਉਹਦੀ ਹਦਾਇਤਾਂ 'ਤੇ ਸਾਰਾ ਕੁਛ ਹੁੰਦਾ ਹੈ, ਪਰ ਮੈਂ ਕਹਾਂਗਾ ਕਿ ਇਹ ਫੋਬੀਆ ਅਜੇ ਤਾਈਂ ਉਤਰਿਆ ਨਹੀਂ, ਇਹਨਾਂ ਨੂੰ ਡਰ ਪਿਆ ਹੋਇਆ। ਸਰਕਾਰ ਹੁੰਦਿਆਂ ਵੀ ਇਹਨਾਂ ਨੂੰ ਡਰ ਹੈ, ਔਰ ਦੋਨੋਂ ਸਰਕਾਰਾਂ ਮੈਂ ਸਮਝਦਾ ਸਿੱਧੂ ਦੇ ਮਹਿਮਾ ਮਸਲੇ 'ਤੇ ਹੀ, ਇਹ ਜੋ ਕੁਛ ਅੱਜ ਉਹਨੂੰ ਪਹਿਲਾਂ ਚਰਚਾ ਸੀ, ਰਿਕਮੈਂਡੇਸ਼ਨ ਵੀ ਗਈ, 51 ਬੰਦਿਆਂ ਦੀ ਰਿਕਮੈਂਡੇਸ਼ਨ ਗਈ ਜੇਲ੍ਹ ਵੱਲੋਂ ਸੈਂਟਰ ਆਪਣੇ ਹੋਮ ਮਿਨਿਸਟਰੀ ਨੂੰ, ਉਹਦੇ ਬਾਵਜੂਦ ਵੀ ਮੈਂ ਕਹਿ ਸਕਦਾ ਇਹ ਇਕੱਲਾ ਸਿੱਧੂ ਸਾਹਿਬ ਨਾਲ ਨਹੀਂ ਧੱਕਾ ਹੋਇਆ, ਇਹ ਜਿਹੜੇ 50 ਹੋਰ ਬੰਦੇ ਸੀ ਜਿਹੜੇ ਆਮ ਨੋਮੀਨਲ, ਜਿਨ੍ਹਾਂ ਦਾ ਵਿਹਾਰ ਅੱਛਾ ਸੀ, ਜਿਹੜੇ ਯੋਗ ਸੀ ਰਿਹਾਈ ਦੇ, ਔਰ ਇਹਨਾਂ ਨੇ ਤਾਂ ਮੇਰਾ ਹਾਲ 2/3 ਤੋਂ ਵੱਧ ਸਜ਼ਾ ਇਹਨਾਂ ਨੇ ਕੱਟ ਲਈ ਹੈ, ਇਹ ਨਾ ਰਿਹਾਈ ਕਰਨਾ। ਉਹਦੇ ਲਈ ਅਸੀਂ ਸਾਰੇ ਲੀਡਰਸ਼ਿਪ, KP ਸਾਹਿਬ, ਸੇਕਰੀ ਸਾਹਿਬ ਬੈਠੇ ਨੇ, ਰਜਿੰਦਰ ਬੈਠਾ, ਸਾਰੇ ਸਾਡੇ ਅਟਵਾਲ ਜੀ ਚੀਮਾ, ਜਿੰਨੇ ਵੀ ਕਾਂਗਰਸੀ ਨੇ, ਇਹ ਕਾਂਗਰਸ ਪਰਿਵਾਰ ਦੇ ਜਿਹੜੇ ਜਿਨ੍ਹਾਂ ਨੇ ਟਕਸਾਲੀ ਕਾਂਗਰਸ ਹੀ ਕਿਹਾ ਜਾਂਦਾ, ਉਹ ਅੱਜ ਇੱਥੇ ਸਾਰੇ ਹੀ ਆਏ ਨੇ। ਇਹ ਜੋ ਧੱਕਾ ਹੋਇਆ ਸਰਕਾਰ ਨੇ ਕੀਤਾ, ਸਿੱਧੂ ਸਾਹਿਬ ਨਾਲ ਤਾਂ ਕਰਨਾ ਹੀ ਕਰਨਾ, ਪਰ ਮੈਂ ਸਮਝਦਾ ਵੀ ਉਹ ਦੋਵਿਆਂ ਦਾ ਵੀ ਕੀ ਕਸੂਰ ਸੀ, ਜਿਹੜੇ ਯੋਗ ਸੀ ਉਹਨਾਂ ਨੂੰ ਨਾ ਛੱਡਣਾ ਇੱਕ ਗੈਰ ਜ਼ਿੰਮੇਵਾਰਾਨਾ, ਔਰ ਮੈਂ ਕਹਿੰਦਾ ਕਾਇਰਤਪਣਾ ਦਿਖਾਇਆ ਇਹ ਸਰਕਾਰ ਨੇ, ਕਾਇਰਤਾ ਦਿਖਾਈ ਹੈ। ਚੰਗਾ ਹੁੰਦਾ ਉਹ ਆਪਣੀ ਵਾਹ ਵਾਹ ਖੱਟ ਲੈਂਦੇ, ਪੰਜਾਬ ਦੇ ਅਸੀਂ ਨਹੀਂ ਚਾਹੁੰਦੇ ਜੀ, ਪੰਜਾਬ ਦੇ ਲੋਕ ਵੀ ਸਿੱਧੂ ਨਾਲ ਪਿਆਰ ਕਰਦੇ ਨੇ। ਤੁਸੀਂ ਦੇਖੋਗੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਇੱਥੇ ਆਉਣਾ ਸੀ, ਸਰਕਾਰ ਡਰ ਗਈ, ਇੰਟੈਲੀਜੈਂਸੀਆਂ ਨੇ ਵੀ ਰਿਪੋਰਟ ਦਿੱਤੀ ਹੈ ਕਿ ਪਟਿਆਲੇ ਦੇ ਵਿੱਚ ਲੱਖਾਂ ਲੋਕਾਂ ਨੇ ਸਿੱਧੂ ਸਾਹਿਬ ਦੀ ਰਿਹਾਈ 'ਤੇ ਉਹਦੇ ਸਵਾਗਤ ਲਈ ਪਟਿਆਲੇ ਦੇ ਵਿੱਚ ਆਉਣਾ ਸੀ, ਜਿਹੜੇ ਕਿ ਆਏ ਵੀ ਅੱਜ ਬਹੁਤ ਸਾਰੇ ਆਏ ਹਨ, ਲੰਗਰ ਵੀ ਬੜੇ ਲੱਗੇ ਹੋਏ ਤੇ, ਔਰ ਪਹਿਲਾਂ ਤਾਂ ਐਡਮਿਨਿਸਟ੍ਰੇਸ਼ਨ ਨੇ ਲੰਗਰ ਲਾਉਣ ਨੂੰ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਪਰ ਜਦੋਂ ਇਹ ਕਾਫਲਾ ਚੱਲਦਾ, ਜਦੋਂ ਇਸ ਤਰ੍ਹਾਂ ਮਾਹੌਲ ਬਣਦਾ ਤਾਂ ਪਬਲਿਕ ਦੀ ਨਹਿਰੀ ਵੱਗੇ ਕੋਈ ਨਹੀਂ ਖੜ ਸਕਦਾ। ਆਪ ਵਾਲਿਆਂ ਨੂੰ ਸੋਚਣਾ ਚਾਹੀਦਾ, ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਾਉਂਦੇ ਨੇ, ਉਹ ਆਮ ਆਦਮੀ ਨਹੀਂ ਬਣਦੇ, ਮੈਂ ਹੁਣ ਕਹਿੰਦਾ ਖਾਸ ਆਦਮੀ ਦੇ ਤੌਰ 'ਤੇ ਉਹਨਾਂ ਨੇ ਇਹ ਜਿਹੜੀ ਇਹ ਸਰਕਾਰ ਜਿਹੜੀ ਹੈ ਨਾਂ ਦੀ ਉਹ ਹੈ ਮਾਨਤੀ ਸਰਕਾਰ, ਸਰਕਾਰ ਨੂੰ ਚਲਾਉਣ ਵਾਲੇ ਤਾਂ ਹੋਰ ਲੋਕ ਨੇ, ਇਸ ਲਈ ਸਰਕਾਰ ਨੂੰ ਇਹ ਭਾਰੀ ਪਊਗਾ ਕਿਸੇ ਵਕਤ 'ਚ। ਵੈਸੇ ਵੀ ਲੋਕਾਂ ਦਾ ਸਾਲ ਦੇ ਅੰਦਰ ਅੰਦਰ ਤੁਸੀਂ ਦੇਖੋ ਕਿ ਉਹ ਭੰਗ ਹੋ ਚੁੱਕਿਆ, ਲਾ ਐਂਡ ਆਰਡਰ ਦੇ ਮਸਲੇ 'ਤੇ ਲਾ ਲਓ ਤੁਸੀਂ, ਗੈਂਗਸਟਰ ਅਜੇ ਵੀ ਚੱਲਦੇ ਨੇ, ਨਸ਼ੇ ਦਾ ਰੋਜ਼ 1-2 ਮਰਦੇ ਨੇ, ਲੁੱਟਾਂ ਖਾਵਾਂ ਰੋਜ਼ ਹੋ ਰਹੀਆਂ ਨੇ, ਔਰ ਆਫੀਸਰ ਪਿੱਕ ਐਂਡ ਚੂਜ਼ ਕੀਤੇ ਆਫੀਸਰਾਂ ਦੀਆਂ ਬਦਲੀਆਂ, ਤੁਸੀਂ ਦੇਖੋਗੇ ਹਰ 30 ਦਿਨ ਨੋਟੀਫਿਕੇਸ਼ਨ ਹੁੰਦਾ ਅਫਸਰਾਂ 'ਚ ਵੀ ਬੇਚੈਨੀ ਆ, ਇਸ ਲਈ ਲੋਕਾਂ 'ਚ ਤਾਂ ਬੇਚੈਨੀ ਹੈ। ਸੈਂਟਰ ਦੀ ਮਹਿੰਗਾਈ ਜਿਹੜੀ ਮਹਿੰਗਾਈ ਹੈ,
पंजाब दे विच हालात जिहड़े ने उह कोई सुखामे नहीं, कोई भी अपने आप नूं सेफ महसूस नहीं करता। इसलिए असीं सारे इस गल नूं कंडेम करते हैं और इस भगवंत मान की सरकार और सेंटर की सरकार उस संविधान नूं बदल दीआं कोशिशां करदे हैं। बाबा साहब की आत्मा नूं सट पहुंचाउण दी सट पहुंचाई गई है। मैं तां इह कहांगा कि अज हिंदुस्तान के खास तौर पर पंजाब के जिहड़े सिद्धू साहब ना प्यार करते ने उहदे च लीडरशिप क्वालिटी है उहदे च, उह लड़ाका भी है, लोग उहनां नूं प्यार भी करते हैं। और एक टकसाली परिवार चों इहनां दे पिता जी भी जिहड़े सिद्धू साहब सी रघुपंत जी, उह एडवोकेट जनरल भी रहे, जिले के प्रधान भी है, सरदार लाल सिंह दे फादर लाल सिंह होनी भी उहनां नाल काम मैं भी कीता। मैं जदों MLA सी उह भी एडवोकेट जनरल सी सरदार दरबारा सिंह दे। इसलिए सिद्धू नूं रिहाई ना करना एक पंजाब दे लोकां नाल तक्का है, कला का साढ़े नाल नहीं, पंजाब दे लोकां दी आत्मा नूं एक बहुत बड़ी सट पहुंचाई है। जिहड़े आम आदमी कहंदे ने अज खास इक डिक्टेटर दे तौर ते, इक कह सकदे असीं औरंगजेब नूं कह दिंदे जालम सरकार दी, इह तां की है, इह उहनां नूं घट ने कितें, ये कायरता पाना, ये कोई मंग वाली गल नहीं, ये राइट है। होम मिनिस्ट्री का सैकुलर है, सर्कुलर आया होया है, सारिया स्टेटा नूं आया, पंजाब गवर्नमेंट नूं आया, सर्कुलर की साडे को कापी भी है। किसी नूं नहीं सिद्धू चंगा लगता उन्होंने भी हो सकता है, जे आप नूं डर है सिद्धू का तो साडे वालियां नूं भी डर हो सकता है। उन्होंने ये गलतफहमी भी कढ देनी चाहिए है, क्योंकि सिद्धू नूं जी भी बनाया है वो कांग्रेस हाई कमांड ने बनाया है, जेड़े बने हुए ने हुण बने हुए ने इन्हां नूं भी उन्होंने किसे टाइम सानू भी बनाया थी, इत्थे एक मिनट सोचो, किसे वेले सानू भी प्रधान बनाया थी, KP साहब नूं भी बनाया थी। एक चलदा रहिंदा प्रोसैस है, हर कोई ना कोई आउंदा रहिंदा, जैलसी हुंदी है, पर उन्हां नूं इहो जिहे मौके सिंपथी दिखाउणी चाहीदी है। एक बंदा जेल च बैठा है ਉਹਦੇ ਨਾਲ ਸਿੰਪਤੀ ਦਿਖਾਉਣ ਦੀ ਬਖਾਏ ਵਿਰੋਧ ਕਰਦੇ, ਇਹਦਾ ਚੰਗਾ ਮੈਸੇਜ ਨਹੀਂ ਜਾਂਦਾ। ਹੁਣ ਸਵਾਲ ਹੈ ਕਿ ਸ਼ਮਸ਼ੇਰ ਸਿੰਘ ਦੁੱਲੋ ਹੁਣੀ ਕਹਿ ਰਹੇ ਨੇ ਕਿ ਅਸਲ 'ਚ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਫੋਬੀਆ ਹੋ ਚੁੱਕਾ, ਇਸ ਕਰਕੇ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ। ਸਿਰਫ ਨਵਜੋਤ ਸਿੰਘ ਸਿੱਧੂ ਹੀ ਨਹੀਂ ਬਲਕਿ ਬਾਕੀ ਵੀ ਜਿਹੜੇ ਕੈਦੀ ਜਿਨ੍ਹਾਂ ਦੀ ਸੂਚੀ ਬਣੀ ਸੀ ਕਿ ਅੱਜ ਦੇ ਮੌਕੇ ਉਹਨਾਂ ਨੂੰ ਰਿਲੀਜ਼ ਕੀਤਾ ਜਾਊਗਾ, ਉਹਨਾਂ ਦੇ ਨਾਲ ਵੀ ਧੱਕਾ ਧੋਖਾ ਹੈ। ਇਸ ਮਸਲ ਦੇ ਕੇ ਸਰਕਾਰ ਆਪਣਾ ਕੀ ਪੱਖ ਸਾਰਿਆਂ ਦੇ ਸਾਹਮਣੇ ਦੱਸਦੀ ਆ, ਪਰ ਸਵਾਲ ਵੱਡਾ ਇਹ ਵੀ ਮੰਨਿਆ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਜੇ ਅਗਰ ਅੱਜ ਰਿਲੀਜ਼ ਕਰ ਦਿੰਦੇ ਨੇ, ਉਹਨੂੰ ਰਿਹਾਅ ਕਰ ਦਿੰਦੇ ਨੇ, ਅਤੇ 30 ਜਨਵਰੀ ਨੂੰ ਜਿਹੜੀ ਭਾਰਤ ਜੋੜੋ ਯਾਤਰਾ ਜਿਹੜੀ ਕਸ਼ਮੀਰ 'ਚ ਜਾ ਕੇ ਖਤਮ ਹੋ ਰਹੀ ਆ, ਔਰ ਸ਼ੇਰੇ ਕਸ਼ਮੀਰ ਸਟੇਡੀਅਮ 30 ਜਨਵਰੀ ਨੂੰ ਉੱਥੇ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਕਾਂਗਰਸ ਪਾਰਟੀ ਨੇ, ਉਸ ਰੈਲੀ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਨਵਜੋਤ ਸਿੰਘ ਸਿੱਧੂ ਸੰਬੋਧਨ ਕਰਨਾ ਸੀ, ਸ਼ਾਇਦ ਇਹ ਵੀ ਇੱਕ ਵਜ੍ਹਾ ਹੋ ਸਕਦੀ। ਦੂਜਾ ਇਹ ਵੀ ਮੰਨ ਕੇ ਚੱਲਿਆ ਜਾ ਰਿਹਾ ਕਿ ਜਿਹੜੇ ਪੰਜਾਬ ਦੇ ਸਿਆਸੀ ਪੰਡਿਤ ਆ, ਜਿਹੜੇ ਸਿਆਸੀ ਮਸਲਿਆਂ 'ਤੇ ਆਪਣਾ ਖੁੱਲ੍ਹ ਕੇ ਟਿੱਪਣੀਆਂ ਦਿੰਦੇ ਨੇ, ਉਹਨਾਂ ਦਾ ਇਹ ਵੀ ਮੰਨਣਾ ਹੈਗਾ, ਕਿਉਂਕਿ ਹੋ ਸਕਦਾ ਕਿ ਮਾਰਚ ਤੋਂ ਪਹਿਲਾਂ ਜਿਹੜੀ ਜਲੰਧਰ ਜ਼ਿਮਨੀ ਚੋਣ ਹੋਣੀ ਆ ਉਹਦੇ ਕਰਕੇ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਨਾ ਹਰਿਆ ਕੀਤਾ ਗਿਆ ਹੋਵੇ, ਕਿਉਂਕਿ ਅਗਰ ਅੱਜ ਰਿਲੀਜ਼ ਕਰ ਦਿੰਦੇ, ਰਿਹਾ ਕਰ ਦਿੰਦੇ ਨਵਜੋਤ ਸਿੰਘ ਸਿੱਧੂ ਨੂੰ, ਤਾਂ ਲਾਜ਼ਮੀ ਤੌਰ 'ਤੇ ਉਹ ਫਿਰ ਚੋਣ ਪ੍ਰਚਾਰ ਦੇ ਵਿੱਚ ਵੀ ਖੁੱਲ੍ਹ ਕੇ ਹਿੱਸਾ ਲੈਂਦੇ। ਲੇਕਿਨ ਹੁਣ ਨਵਜੋਤ ਸਿੰਘ ਸਿੱਧੂ ਨੂੰ ਪੂਰੇ 1 ਸਾਲ ਦੀ ਹੀ ਸਜ਼ਾ ਕੱਟਣੀ ਪਏਗੀ, ਜਿਹੜੀ ਜਾ ਕੇ ਮਈ ਦੇ ਵਿੱਚ ਖਤਮ ਹੁੰਦੀ ਆ। ਦੇਖਦੇ ਹਾਂ ਜਿਵੇਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਇੱਕ ਤਿੱਖੀ ਟਿੱਪਣੀ ਕੀਤੀ ਹੈਗੀ ਆ ਗੁੱਸੇ ਦੇ ਵਿੱਚ ਆ ਕੇ, ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਆ। ਹਾਲਾਂਕਿ ਜਿਹੜੀ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੇ ਰਾਜਾ ਅਮਰਿੰਦਰ ਸਿੰਘ ਵੜਿੰਗ, ਉਹਨਾਂ ਨੇ ਫਿਲਹਾਲ ਨਵਜੋਤ ਸਿੰਘ ਸਿੱਧੂ ਦਾ ਜਦੋਂ ਦੀ ਰਿਹਾਈ ਨੂੰ ਲੈ ਕੇ ਖਬਰਾਂ ਚੱਲ ਰਹੀਆਂ ਨੇ, ਨਾ ਉਹਨਾਂ ਨੇ ਹਮਾਇਤ ਕੀਤੀ ਆ, ਨਾ ਹਾਂ ਕੀਤੀ, ਨਾ ਕੀਤੀ, ਨਾ ਹੱਕ 'ਚ ਆਏ ਤਾਂ ਨਾ ਵਿਰੋਧ 'ਚ ਆਏ। ਲੇਕਿਨ ਜੇ ਤੁਸੀਂ ਵਿਰੋਧ 'ਚ ਵੀ ਨਹੀਂ ਆਉਂਦੇ ਤਾਂ ਉਹਦੇ ਵੀ ਬਹੁਤ ਸਾਰੇ ਮਾਇਨੇ ਕੱਢੇ ਜਾ ਸਕਦੇ ਨੇ ਆਸਾਨੀ ਦੇ ਨਾਲ। ਪਰ ਦੇਖਦੇ ਹਾਂ ਕਿ ਇਸ ਮਸਲੇ 'ਚ ਸਰਕਾਰ ਨੇ ਕਿਉਂ ਨਹੀਂ ਰਿਲੀਜ਼ ਕੀਤੇ ਨਵਜੋਤ ਸਿੰਘ ਸਿੱਧੂ, ਇੱਕ ਸੈਪਰੇਟ ਕੇਸ ਹੋ ਸਕਦਾ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਰਹਿ ਚੁੱਕੇ ਨੇ। ਪਰ ਜਿਹੜੇ ਬਾਕੀ 51 ਦੇ ਕਰੀਬ ਕੈਦੀ ਸੀ ਉਹਨਾਂ ਨੇ ਕੀ ਗੁਨਾਹ ਕੀਤਾ ਸੀ, ਕਿ ਉਹ ਵਜ੍ਹਾ ਕੀ ਆ, ਉਹ ਸਰਕਾਰ ਕੀ ਇਹ ਸਥਿਤੀ ਜਿਹੜੀ ਸਪਸ਼ਟ ਕਰੂਗੀ। ਔਰ ਸਭ ਤੋਂ ਵੱਡਾ ਇਹ ਸਵਾਲ ਆ ਕਿ ਆਖਿਰ ਜੇ 15 ਅਗਸਤ ਔਰ 26 ਜਨਵਰੀ ਦੀ ਜਿਹੜੀ ਰਵਾਇਤ ਸ਼ੁਰੂ ਕੀਤੀ ਹੈ ਕਿ ਇਸ ਮੌਕੇ ਜਿਹੜੇ
ਵੱਖ-ਵੱਖ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਸਜ਼ਾ ਕੱਟਦੇ ਨੇ ਉਹਨਾਂ ਦਾ ਚੰਗੇ ਵਿਹਾਰ ਦੇ ਬਦਲੇ ਉਹਨਾਂ ਨੂੰ ਫਿਰ ਪਹਿਲਾਂ ਰਿਹਾ ਕੀਤਾ ਜਾ ਰਿਹਾ ਅਤੇ ਫਿਰ ਪੰਜਾਬ ਦੇ ਵਿੱਚ ਅਜਿਹਾ ਕਿਉਂ ਨਹੀਂ ਹੋਇਆ ਜੇ ਬਲਾਤਕਾਰੀ ਅਤੇ ਕਤਲ ਕੇਸ ਦੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮਰੀਪ ਸਿੰਘ ਉਹਨਾਂ ਨੂੰ 90 ਦਿਨ ਦੀ ਸਜ਼ਾ ਉਹਨਾਂ ਨੂੰ ਮਾਫ਼ ਕਰ ਦਿੱਤੀ ਜਾਂਦੀ ਆ ਅਤੇ ਫਿਰ ਨਵਜੋਤ ਸਿੰਘ ਸਿੱਧੂ ਸਮੇਤ ਪੰਜਾਬ ਦੇ ਬਾਕੀ ਜਿਹੜੇ ਕੈਦੀ ਸੀ ਜਿਨ੍ਹਾਂ ਨੂੰ ਅੱਜ ਦੇ ਮੌਕੇ ਛੱਡਣਾ ਸੀ ਰਿਹਾਅ ਕਰਨਾ ਉਹ ਕਿਉਂ ਨਹੀਂ ਛੱਡੇ ਸਵਾਲ ਹੈ ਕਿ ਜੇ ਬਾਕੀ ਸਾਰੇ ਛੱਡੇ ਜਾ ਸਕਦੇ ਨੇ ਤਾਂ ਫਿਰ ਜਿਹੜੇ ਬੰਦੀ ਸਿੰਘ ਨੇ ਜਿਹੜੀ ਸਜ਼ਾ ਵੀ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾ ਰਿਹਾ ਬਹੁਤ ਸਾਰੇ ਸਵਾਲ ਹੈ ਸ਼ਾਇਦ ਇਹਨਾਂ ਸਵਾਲਾਂ ਤੋਂ ਡਰਦੀ ਹੀ ਭਗਵੰਤ ਮਾਨ ਦੀ ਸਰਕਾਰ ਨਵਜੋਤ ਸਿੰਘ ਸਿੱਧੂ ਨੂੰ ਅੱਜ ਦੇ ਮੌਕੇ ਰਿਹਾਅ ਨਹੀਂ ਕਰ ਪਾਈ ਕਿਉਂਕਿ ਇਹ ਵੀ ਸਰਕਾਰ ਦਾ ਮੰਨਣਾ ਹੋ ਸਕਦਾ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਰਿਹਾਅ ਕੀਤਾ ਜਾਂਦਾ ਹੈਗਾ ਤਾਂ ਫਿਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾਂਦਾ ਜਿਹੜਾ ਤਿਹਾੜ ਜੇਲ੍ਹ ਦੇ ਵਿੱਚ ਨੇ ਤਿਹਾੜ ਜੇਲ੍ਹ 'ਚ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਲੇਕਿਨ ਦਿੱਲੀ ਦੀ ਸਰਕਾਰ ਆ ਦਿੱਲੀ ਦੀ ਸਰਕਾਰ ਮਤਲਬ ਅਰਵਿੰਦ ਕੇਜਰੀਵਾਲ ਦੀ ਸਰਕਾਰ ਉਹ ਉਹਨਾਂ ਨੂੰ ਰਿਹਾਅ ਨਹੀਂ ਕਰ ਰਹੀ ਗੇ ਸ਼ਾਇਦ ਇਸੇ ਕਰਕੇ ਭਗਵੰਤ ਮਾਨ ਸਰਕਾਰ ਨਵਜੋਤ ਸਿੰਘ ਸਿੱਧੂ ਦੇ ਚੱਕਰ 'ਚ ਡਰ ਗਈ ਲੱਗਦੀ ਆ ਇਸੇ ਕਰਕੇ ਨਾ ਨਵਜੋਤ ਸਿੰਘ ਸਿੱਧੂ ਨੂੰ ਰਿਹਾਅ ਕੀਤਾ ਨਾ ਬਾਕੀ ਕੈਦੀਆਂ ਨੂੰ ਕਿਉਂਕਿ ਸਰਕਾਰ ਨੂੰ ਵਿਰੋਧੀਆਂ ਨੇ ਘੇਰ ਲੈਣਾ ਹੀ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਰਿਹਾਅ ਕੀਤਾ ਜਾ ਸਕਦਾ ਹੈਗਾ ਅਤੇ ਫਿਰ ਬਾਕੀ ਜਿਹੜੇ ਵੱਖ ਵੱਖ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ ਜਿਹੜੇ ਸਜ਼ਾ ਵੀ ਪੂਰੀ ਕਰ ਚੁੱਕੇ ਨੇ ਬੰਦੀ ਸਿੰਘ ਉਹ ਕਿਉਂ ਨਹੀਂ ਰਿਹਾਅ ਕੀਤੇ ਗਏ ਨੇ ਦੇਖਦੇ ਹਾਂ ਕਿ ਸਮੱਸਿਆ ਚੋਰ ਕਿੰਨੀ ਸਿਆਸਤ ਹੁੰਦੀ ਹੈ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਤੁਹਾਡਾ ਧੰਨਵਾਦ।